ਹੇ ਗਾਈਸ, ਵੈਲਕਮ ਬੈਕ ਟੂ ਮਾਈ ਚੈਨਲ ਯੰਗਜੈਟ ਵਲੌਗ। ਆਈ ਹੋਪ ਕਰਨਾ ਤੁਸੀਂ ਸਾਰੇ ਕੈਂਟ ਤੇ ਵਧੀਆ ਹੋਗੇ। ਤੇ ਫਿਲਹਾਲ ਮੈਂ ਚੱਲਿਆ ਗੁਰਦੁਆਰਾ ਸਾਹਿਬ ਹੈਗਾ ਸਾਹਿਬਜ਼ਾਦੇ ਜੀ ਦਾ ਪ੍ਰੋਗਰਾਮ, ਤੇ ਆਪਾਂ ਹੁਣ ਚੱਲਦੇ ਹਾਂ ਤੇ ਦਰਸ਼ਨ ਕਰਾਉਂਦੇ ਹਾਂ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦੇ। ਤੇ ਫਿਲਹਾਲ ਮੈਂ ਤਿਆਰ ਰੈਡੀ ਹੋ ਚੁੱਕਿਆ ਸੀ, ਤੇ ਫਿਲਹਾਲ ਮੈਂ ਮੰਨਿਆ ਪੜ੍ਹਨਾ ਤੇ ਕਮੈਂਟ ਕਰਕੇ ਦੱਸਣਾ ਕਿਵੇਂ ਦਾ ਲੱਗ ਰਿਹਾ, ਕਿਉਂਕਿ ਮੈਂ ਫਸਟ ਟਾਈਮ ਮੰਨਿਆ। ਤੇ ਇਸ ਤੋਂ ਪਹਿਲੇ ਤਾਂ ਮੈਂ ਬਾਕੀ ਬੰਦਾ ਮਤਲਬ ਡੇਲੀ ਰੂਟੀਨ ਨੇ ਤੇ ਡੇਲੀ ਰੂਟੀਨ ਨੂੰ ਇੰਜੋਏ ਕਰਦੇ, ਮਤਲਬ ਪੱਗ ਕਦੀ ਕਦੀ ਬੰਨਾਂਗੇ ਜਦੋਂ ਚਲੋ। ਉਹ ਤਾਂ ਕੋਈ ਨਹੀਂ, ਆਪਾਂ ਹੁਣ ਚੱਲੇ ਗੁਰਦੁਆਰਾ ਸਾਹਿਬ। ਤੇ ਫਿਲਹਾਲ ਮੈਂ ਸਿਸਟਰ ਨੂੰ ਚਾਲੂ ਕਰਕੇ ਦਿੱਤਾ ਸੀ ਕੰਪਿਊਟਰ, ਤੇ ਕੰਪਿਊਟਰ ਤੇ ਇੰਨੇ ਕਰਨਾ ਸੀ ਪੈਣ ਨੇ ਕੁਛ ਕੰਮ, ਤੇ ਕਰਤਾ ਆਪਾਂ ਚਾਲੂ। ਫਿਲਹਾਲ ਆਪਾਂ ਹੋ ਚੁੱਕੇ ਹਾਂ ਰੈਡੀ ਤੇ ਚੱਲਦੇ ਹਾਂ ਸਿੱਧਾ, ਤੁਹਾਨੂੰ ਮਿਲਦੇ ਹਾਂ ਥੱਲੇ ਬਾਈਕ। ਸੋ ਗਾਈਜ਼, ਫਿਲਹਾਲ ਮੈਂ ਚੱਲਣਾ ਤੇ ਬਾਈਕ ਆਪਣੀ ਬਾਹਰ ਹੀ ਸੀ, ਕਿਉਂਕਿ ਮੈਂ ਟਿਊਸ਼ਨ ਗਿਆ ਸੀ, ਮੈਂ ਬਾਹਰ ਹੀ ਰੱਖੀ ਸੀ। ਅਤੇ ਫਿਲਹਾਲ ਤੁਹਾਨੂੰ ਇੱਥੇ ਕੱਲ੍ਹ ਆਈ ਸੀ ਬਾਬਾ, ਕੁਛ ਨਹੀਂ ਦਿਖਦਾ ਫਿਰ ਸਾਰਾ ਮਤਲਬ ਫੋਗ ਵਿੱਚ ਵਿਜੀਬਲ ਹੋ ਗਿਆ ਸੀ, ਦੇਖੀ ਨਾ ਬਾਕੀ ਹੈ ਕੁਛ ਖੜੀ ਬਾਈਕ ਆਪਣੀ, ਅਤੇ ਦਿਖਾਉਂਦੇ ਹਾਂ ਸਟਾਰਟ ਕਰਨੇ ਆ, ਕੋਲਡ ਸਟਾਰਟ ਸਟਾਰਟ ਕਰਨੇ, ਬਾਕੀ ਲਾਈਟਾਂ ਵੀ ਚੱਲਦੀਆਂ ਨੇ ਤੁਹਾਨੂੰ ਦਿਖਾਉਣਾ। ਅੱਜ ਤੁਸੀਂ ਬਲੌਗ ਵੇਖਿਆ ਹੋਏਗਾ ਮੇਰੀ ਬਾਈਕ ਵਾਲਾ, ਤੇ ਦੇਖ ਸਕਦੇ ਹੋ, ਤੇ ਦੇਖ ਸਕਦੇ ਹੋ ਬਾਈਕ। ਤੇ ਚੱਲਣੇ ਆ ਗੁਰਦੁਆਰਾ ਸਾਹਿਬ, ਤੇ ਗਾਈਸ ਫਿਲਹਾਲ ਖਿਲਾਰ ਚੁੱਕੀ ਗੱਡੀ ਤੇ ਆ ਗਿਆ ਗੁਰਦੁਆਰਾ ਸਾਹਿਬ, ਦੇਖ ਸਕਦੇ ਹੋ ਤੁਸੀਂ, ਤੇ ਦਰਸ਼ਨ ਕਰਾਉਂਦੇ ਹਾਂ ਤੁਹਾਨੂੰ। ਯਾਰ ਗੁਰਦੁਆਰਾ ਸਾਹਿਬ ਤੇ ਜੋਰੇ ਉਤਾਰਨੇ ਆ ਫਿਰ ਉੱਪਰ, ਤੇ ਫਿਲਹਾਲ ਗਾਈਸ ਚੱਲਾਂ ਮੈਂ ਉੱਪਰ ਦਰਸ਼ਨ ਕਰਾਉਂਦੇ ਤੁਹਾਨੂੰ। ਦਰਸ਼ਨ ਕਰ ਸਕਦੇ ਤੁਸੀਂ, ਤੇ ਆਖਿਆ ਤੁਸੀਂ ਮੇਰੇ ਭਰਾ ਸਾਰੇ ਗ੍ਰਿਫਤਾਰ ਕਰ ਆਇਓ, ਠੀਕ ਹੈ ਤੁਸੀਂ ਏਦਾਂ ਕਰੋ, ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ, ਮੈਂ ਆਪ ਜਾ ਕੇ ਗੋਬਿੰਦ ਸਿੰਘ ਮਾਨ ਦਾ ਕਤਲ ਕਰਕੇ ਆ ਜਾਂਦਾ, ਤੇ ਬਾਕੀ ਮੱਥਾ ਦੇਖਦੇ ਆ ਆਪਾਂ ਖੂਨ ਕੀ ਦੇਗਾ, ਕੰਮ ਕਰੋ ਖੂਨ ਤੁਹਾਨੂੰ ਕਿਤੋਂ ਨਹੀਂ ਮਿਲਣਾ, ਤੇ ਕੰਮ ਕਰੋ ਮੇਰੇ। ਗਾਈਸ ਦੇਖ ਸਕਦੇ ਹੋ ਕਿੰਨਾ ਸੋਹਣਾ ਸਜਾਇਆ ਗੁਰਦੁਆਰਾ, ਵਾਹਿਗੁਰੂ ਜੀ ਕੀ ਫਤਿਹ। ਗਾਈਸ ਸਾਨੂੰ ਮਿਲਿਆ ਆਪਣਾ ਭਰਾ ਤੇ ਗੁਰਦੁਆਰੇ ਰਹਿੰਦਾ, ਕਿੰਨੇ ਦੇਰ ਤੱਕ ਚੱਲਿਆ ਪ੍ਰੋਗਰਾਮ? 9:30, ਠੀਕ ਹੈ, ਕਰਨਾ ਦਰਸ਼ਨ। ਆਪਣੇ ਪੁੱਤਰ ਨੂੰ ਗੋਰਿਆਂ ਵਿੱਚੋਂ ਕੈਸਾ ਨਿਕਲਿਆ, ਬਹੁ ਕਵਿਤਾ ਦੇ ਰੂਪ ਦੇ ਵਿੱਚ ਸਾਡੇ ਸਰਕਾਰ ਜੋ ਗੁਰੂ ਸੇਵਕ ਸਿੰਘ ਉਹ ਕਵਿਤਾ ਪੜ੍ਹਨਗੇ,
ਆਪ ਸਾਰਿਆਂ ਨੂੰ ਬੜੇ ਪਿਆਰ ਨਾਲ ਸਰਵਣ ਕਰਨਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿੰਦਾ ਵੇਖੋ, ਆਪਣੇ ਪੁੱਤਰ ਨੂੰ ਆਪ ਹੀ ਪਿਆਰ ਕਰਦਾ, ਕੋਈ ਐਸਾ ਜਿਹਾ ਤਾਂ ਦੇਖਿਆ ਜਿਹੜਾ ਆਪਣੇ ਬਣਾ ਰਿਹਾ ਬਣਾ ਕਰ ਸਕਦਾ ਦਰਸ਼ਨ ਆ
ਉੱਥੇ ਸੂਬੇ ਦੇ ਕਚਹਿਰੀ ਵਿੱਚ ਆ ਕੇ ਭਰਾਵਾਂ ਨੂੰ ਅਸੀਂ ਵੱਡਿਆਂ ਨੂੰ ਸ਼ਹੀਦ ਕਰ ਦਿੱਤਾ ਹੈ ਤੇ ਤੁਸੀਂ ਵੀ ਕੀਣ ਮੜ ਲਾਉਣੀ ਤੇ ਸ਼ਹੀਦ ਕੀਤੇ ਜਾਓਗੇ ਜਾਂ ਜੇ ਤੁਸੀਂ ਕੀਣ ਮੜ ਲਓਗੇ ਤੁਹਾਨੂੰ ਬੇਗਮਾਂ ਦੇ ਡੋਲੇ ਤੁਹਾਨੂੰ ਤੋੜ ਬੇਸ਼ੁਮਾਰ ਜੀਆਂ ਦਿੱਤੇ ਜਾਣਗੇ। ਪਰ ਛੋਟੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੇ ਪੁੱਤਰ ਸਨ। ਇਹਨਾਂ ਦੀ ਪਰਵਰਿਸ਼ ਵੇਖੋ ਕਿਵੇਂ ਹੋਈ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਬੱਚਿਆਂ ਦੀ ਪਰਵਰਿਸ਼ ਜਿਹੜੇ ਖਿਡਾਵੇ ਵੀ ਸਨ ਤੇ ਉਹ ਮੁੜ ਨਹੀਂ ਹੋਣਾ ਭੁੱਲ ਜਾਵੀ ਤੂੰ ਪੋਤਿਆਂ ਨੂੰ ਲਾਡ ਲਡਾਉਣਾ ਸਮਾਪਤੀ ਤੇ ਥੱਲੇ ਲੰਗਰ ਵਰਤਾਉਂਦੇ ਪਿਆ ਵੈਸਾ ਫਲੇਵਰ ਆਪਣੇ ਚਾਰ ਬਹੁਤ ਪੀ ਰਹੇ ਆ ਲੰਗਰ ਵਾਲੇ ਤੇ ਲੰਗਰ ਵਰਤਾਉਂਦੇ ਪਿਆ ਵਾਹਿਗੁਰੂ।
ਸੋ ਗਾਇਸ ਗੁਰਦੁਆਰ ਹੋ ਗਈ ਸਮਾਪਤੀ ਅਤੇ ਉਸ ਤੋਂ ਬਾਅਦ ਮੈਂ ਹੋ ਗਿਆ ਸੀ ਮੋਬਾਈਲ ਬੰਦ ਅਤੇ ਫਿਲਹਾਲ ਆਇਆ ਘਰ ਅਤੇ ਗਾਇਸ ਆਈ ਹੋਪ ਕਰਨਾ ਤੁਹਾਨੂੰ ਬਲੌਗ ਪਸੰਦ ਆਇਆ ਅਤੇ ਬਲੌਗ ਪਸੰਦ ਆਇਆ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਨਾ ਅਤੇ ਮੋਬਾਈਲ ਹੋ ਗਿਆ ਸੀ ਮੇਰਾ ਬੰਦ ਅਤੇ ਤਾਂ ਕਾਰਨ ਮੈਂ ਅੱਗੇ ਸ਼ੂਟ ਨਹੀਂ ਕੀਤਾ ਅਤੇ ਮਿਲਿਆ ਤੁਹਾਨੂੰ ਨੈਕਸਟ ਬਲੌਗ ਵਿੱਚ। ਗੁਰੂ ਤੋਂ ਵੱਧ ਪਿਆਰਾ ਨੀ ਕੋਈ ਧੌਣ, ਗੁਰੂ ਬਿਨ ਝੁਕਣੀ ਨਹੀਂ ਏ, ਕੌਮੀ ਅਕਾਲ ਪੁਰਖ ਦੀ ਏ ਜਿਹੜੀ ਕਿਸੇ ਮੁਖਾਇਆ ਮੁੱਕਣੀ ਨਹੀਂ। ਹਜੇ ਵੀ ਕੰਨ ਥੱਲੇ ਲੱਗਿਆ ਹੋਇਆ ਝੋਟਿਆ, ਅਸੀਂ ਫੀਲਿੰਗ ਟੁੱਟਣ ਦਿੰਦੇ, ਅਸੀਂ ਐਂ ਚੱਲਦੇ ਹਾਂ ਵੀ ਸਾਡੇ ਵਰਗਾ ਕੋਈ ਹੈ ਹੀ ਨਹੀਂ।